ਵਿਦੇਸ਼ ਦੇ ਵਿੱਚ ਇੱਕ ਪੰਜਾਬੀ ਲੜਕੀ ਦੀ ਮੌਤ ਹੋ ਗਈ ਹੈ। ਦਿਲ ਦਾ ਦੌਰਾ ਪੈਣ ਦੇ ਕਾਰਨ ਕਿਹਾ ਜਾ ਰਿਹਾ ਕਿ ਇਸ ਲੜਕੀ ਦੀ ਮੌਤ ਹੋਈ ਹੈ, ਜੋ ਕਿ ਪਿਛਲੇ ਸਾਲ ਹੀ ਪੰਜਾਬ ਤੋਂ ਅਗਸਤ ਮਹੀਨੇ ਦੇ ਵਿੱਚ ਕੈਨੇਡਾ ਚੰਗੇ ਭਵਿੱਖ ਦੇ ਲਈ ਸਟੱਡੀ ਕਰਨ ਦੇ ਲਈ ਉੱਥੇ ਗਈ ਸੀ ਅਤੇ ਅਚਾਨਕ ਹੀ ਇਸ ਨੂੰ ਬੀਤੇ ਦਿਨਾਂ ਦਿਲ ਦਾ ਦੌਰਾ ਪੈਂਦਾ ਹੈ, ਜਿਸ ਦੇ ਕਾਰਨ ਇਸ ਲੜਕੀ ਦੀ ਮੌਤ ਹੋ ਜਾਂਦੀ ਹੈ। ਤਾਂ ਤਨਵੀਰ ਕੌਰ ਇਸਦਾ ਨਾਮ ਦੱਸਿਆ ਜਾ ਰਿਹਾ, 23 ਸਾਲ ਇਸ ਦੀ ਉਮਰ ਹੈ, ਜੋ ਕਿ ਪੰਜਾਬ ਦੇ ਜਗਰਾਓਂ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਤਾਂ 1 ਸਾਲ ਪਹਿਲਾਂ ਹੀ ਇਹ ਲੜਕੀ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਗਈ ਸੀ। ਉੱਥੇ ਕਿਹਾ ਜਾ ਰਿਹਾ ਕਿ ਸਟੱਡੀ ਕਰ ਰਹੀ ਸੀ ਅਤੇ ਕੰਮ ਨਾ ਮਿਲਣ ਦੇ ਕਾਰਨ ਕਾਫੀ ਜ਼ਿਆਦਾ ਟੈਂਸ਼ਨ ਰੱਖ ਰਹੀ ਸੀ, ਅਤੇ ਟੈਂਸ਼ਨ ਦੇ ਕਾਰਨ ਹੀ ਕਿਹਾ ਜਾ ਰਿਹਾ ਕਿ ਇਸ ਲੜਕੀ ਨੂੰ ਦਿਲ ਦਾ ਦੌਰਾ ਪੈਂਦਾ ਹੈ, ਜਿਸ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ। ਉੱਥੇ ਪਰਿਵਾਰਕ ਮੈਂਬਰਾਂ ਨੂੰ, ਇਸ ਦੇ ਨਾਲ ਦੇ ਵਿਦਿਆਰਥੀਆਂ ਦੇ ਵੱਲੋਂ ਇਸ ਮਾਮਲੇ ਦੇ ਸੰਬੰਧੀ ਸੂਚਨਾ ਦਿੱਤੀ ਗਈ। ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਬੜੀ ਮੁਸ਼ਕਲ ਦੇ ਨਾਲ ਪਰਿਵਾਰ ਨੇ ਇਸ ਲੜਕੀ ਨੂੰ ਚੰਗੇ ਭਵਿੱਖ ਦੇ ਲਈ ਕੈਨੇਡਾ ਦੇ ਵਿੱਚ ਭੇਜਿਆ ਸੀ, ਪਰ ਅਚਾਨਕ ਹੀ ਉੱਥੇ ਇਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਲਗਾਤਾਰ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ ਅਤੇ ਹੁਣ 1 23 ਸਾਲ ਦੀ ਲੜਕੀ ਦੀ ਜਾਨ ਚਲੀ ਗਈ ਹੈ। ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਭਾਰਤ ਸਰਕਾਰ ਨੂੰ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਬੇਟੀ ਦੀ ਜੋ ਮ੍ਰਿਤਕ ਦੇਹ ਹੈ ਉਸ ਨੂੰ ਵਤਨ ਵਾਪਸ ਲਿਆਂਦਾ ਜਾਵੇ, ਤਾਂ ਜੋ ਉਸਦਾ ਅੰਤਿਮ ਸੰਸਕਾਰ ਜੋ ਹੈ ਰਸਮਾਂ ਰਿਵਾਜ਼ਾਂ ਦੇ ਨਾਲ ਕੀਤਾ ਜਾ ਸਕੇ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ ਵਿਦੇਸ਼ ਤੋਂ, ਜਿੱਥੇ ਕਿ ਇੱਕ ਪੰਜਾਬੀ ਲੜਕੀ ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ ਸਟੱਡੀ ਕਰਨ ਦੇ ਲਈ ਕੈਨੇਡਾ ਦੇ ਬ੍ਰੈਂਪਟਨ ਗਈ ਸੀ ਅਗਸਤ ਮਹੀਨੇ ਦੇ ਵਿੱਚ ਪਿਛਲੇ ਸਾਲ, ਅਤੇ ਹੁਣ ਉਸਦੀ ਮੌਤ ਦੀ ਖਬਰ ਆਈ ਹੈ। ਪੂਰੇ ਪਰਿਵਾਰਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੈ, ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਿਰਫ ਹੁਣ ਭਾਰਤ ਸਰਕਾਰ ਨੂੰ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਧੀ ਦੀ ਮ੍ਰਿਤਕ ਦੇਹ ਜੋ ਹੈ ਉਹ ਵਾਪਸ ਵਤਨ ਲਿਆਂਦੀ ਜਾਵੇ, ਤਾਂ ਜੋ ਉਸਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਹ ਬ੍ਰੈਂਪਟਨ ਦੇ ਵਿੱਚ 19 ਅਗਸਤ ਨੂੰ ਗਈ ਸੀ 2023 ਨੂੰ ਪੜ੍ਹਾਈ ਦੇ ਤੌਰ 'ਤੇ। ਇਹ ਉੱਥੇ ਆਪਣੇ ਚੰਗੇ ਭਵਿੱਖ ਲਈ ਜਾਣ ਕਰਕੇ ਉੱਥੇ ਬੱਚਿਆਂ ਦੇ ਪੜ੍ਹਾਈ ਦਾ ਜੋ ਬੋਝ ਆ ਜਾਂ ਨਾ ਕੰਮ ਮਿਲਣ ਦੇ ਕਾਰਨ ਉਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਦੀ ਜਿਹੜੀ ਡੈਥ ਬੋਡੀ ਆ ਉਹ ਜਲਦੀ ਤੋਂ ਜਲਦੀ ਸਾਡੇ ਪਿੰਡ ਦਿੱਤੀ ਜਾਵੇ। ਤਨਵੀਰ ਕੌਰ 23 ਸਾਲ ਦੀ, 23 ਸਾਲ ਦੀ। ਹਾਂਜੀ, ਉਹ ਤੋਂ ਵਧੀਆ ਕੋਈ ਗੱਲ ਇੱਦਾਂ ਦੀ ਕੋਈ ਗੱਲ ਨਹੀਂ ਸੀ, ਵਧੀਆ ਗੱਲਬਾਤ ਹੁੰਦੀ ਸੀ, ਕੋਈ ਇੱਦਾਂ ਦਾ ਅਚਾਨਕ ਹੀ ਕੱਲ ਇਹ ਭਾਣਾ ਵਰਤਿਆ। ਹਾਂਜੀ, ਬਹੁਤ ਮੰਦਭਾਗੀ ਖਬਰ ਆ ਜੀ ਸਾਰੇ ਸਮੂਹ ਪਿੰਡ ਦੀ ਖਾਤਰ। ਸਾਡੇ ਪਿੰਡ ਦੇ ਵਿੱਚੋਂ, ਨਗਰ ਦੇ ਵਿੱਚੋਂ ਰਣਜੀਤ ਸਿੰਘ, ਉਹਨਾਂ ਦੀ ਬੇਟੀ ਤਨਵੀਰ ਕੌਰ ਜੋ ਕਿ ਲਗਭਗ 23 ਸਾਲ ਦੀ ਉਮਰ ਸੀ, 6 ਸਾਲ ਹੋ ਗਿਆ ਆਪਦੇ ਉਜਵਲ ਭਵਿੱਖ ਦੀ ਖਾਤਰ ਬ੍ਰੈਂਪਟਨ ਗਏ ਸੀਗੇ, ਅਤੇ ਪਰਿਵਾਰ ਨੇ ਆਪਣੇ ਵਸੀਲਿਆਂ ਨਾਲ ਉਜਵਲ ਭਵਿੱਖ ਦੀ ਖਾਤਰ ਬਾਹਰ ਤੁਰੀ ਸੀ, ਅਤੇ ਅਚਾਨਕ ਬੱਚੀ ਦੀ ਡੈਥ ਹੋ ਚੁੱਕੀ ਆ। ਅਤੇ ਮੰਗ ਕਰਦੇ ਹਾਂ ਸਰਕਾਰ ਤੋਂ ਜੀ ਵੀ ਉਸ ਬੱਚੀ ਦੀ ਜੋ ਮ੍ਰਿਤਕ ਦੇਹ ਆ ਜਲਦੀ ਤੋਂ ਜਲਦੀ ਪਿੰਡ ਭੇਜੀ ਜਾਵੇ, ਤਾਂ ਕਿ ਜੋ ਪਰਿਵਾਰ ਵੱਲੋਂ ਆਪਣੇ ਹੱਥੀਂ ਉਹਦਾ ਸਤਿਕਾਰ ਕਰਕੇ ਜੋ ਪਰਿਵਾਰ ਨੂੰ ਵੀ ਧਰਵਾਸਾ ਹੋਵੇ। ਅਤੇ ਜ਼ਰੂਰੀ ਮੰਗ ਹੈ ਜੀ ਇਹ, ਬੇਨਤੀ ਪ੍ਰਵਾਨ ਕੀਤੀ ਜਾਵੇ।